ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਨਕ ਕਿਚਨ। ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਕੋਲਡ ਕੌਫੀ। ਇਹ ਕੋਲਡ ਕੌਫੀ ਬਣਾਉਣੀ ਬੜੀ ਆਸਾਨ ਆ ਅਤੇ ਬਸ ਅਸੀਂ ਬਹੁਤਾ ਕੁਛ ਨਹੀਂ ਪਾਉਂਗੇ। ਅਸੀਂ ਥੋੜ੍ਹਾ ਜਿਹਾ ਦੁੱਧ ਪਹਿਲਾਂ ਪਾ ਲੈਂਦੇ ਹਾਂ ਮਿਕਸੀ ਦੇ ਵੱਡੇ ਜਾਰ 'ਚ। ਇਹਦੇ 'ਚ ਅਸੀਂ ਪਾਵਾਂਗੇ ਚੀਨੀ। ਇਹ ਤੁਸੀਂ ਆਪਣੇ ਸਵਾਦ ਨਾਲ ਅਨੁਸਾਰ ਪਾ ਸਕਦੇ ਜੇ। ਜਿਸ ਤਰ੍ਹਾਂ ਅਸੀਂ ਜਿਹੜੇ ਆ 6 ਕੱਪ ਬਣਾ ਰਹੇ ਹਾਂ, ਉਹਦੇ 'ਚ ਮੈਂ ਜਿਹੜੀ ਆ 3 ਸਪੂਨ ਵੱਡੇ ਜਿਹੜੇ ਆ ਮੈਂ ਚੀਨੀ ਦੇ ਪਾਏ ਆ। ਤੁਸੀਂ ਵੱਧ ਵੀ ਪਾ ਸਕਦੇ ਜੇ। 2 ਚਮਚ ਅਸੀਂ ਕੌਫੀ ਦੇ ਪਾ ਲਾਂਗੇ। ਵਿੱਚ ਵਿੱਚ ਬੰਦ ਕਰਕੇ ਅਤੇ ਚਲਾ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਾਂਗੇ ਖੰਡ ਅਤੇ ਕੌਫੀ ਨੂੰ। ਫਿਰ ਅਸੀਂ ਇਹਦੇ 'ਚ ਦੁੱਧ ਹੋਰ ਐਡ ਕਰਾਂਗੇ। ਹੁਣ ਅਸੀਂ ਇਹਦੇ 'ਚ ਦੁੱਧ ਐਡ ਕਰ ਦਾਂਗੇ। ਦੁਬਾਰਾ ਫਿਰ ਚਲਾ ਲਾਂਗੇ ਥੋੜ੍ਹੀ ਦੇਰ ਲਈ। ਆਈਸ ਐਡ ਕਰਾਂਗੇ। ਫਿਰ ਇਹਨੂੰ ਥੋੜ੍ਹੀ ਦੇਰ ਲਈ ਚਲਾ ਲਾਂਗੇ। ਡੈਕੋਰੇਟ ਕਰ ਲਾਂਗੇ ਥੋੜ੍ਹੇ ਜਿਹੇ। ਗਲਾਸ ਡੈਕੋਰੇਟ ਕਰ ਲਏ। ਹੁਣ ਅਸੀਂ ਜਿਹੜੀ ਆ ਕੌਫੀ ਪਾ ਦਾਂਗੇ ਇਹਦੇ ਵਿੱਚ। ਲਓ ਜੀ ਕੌਫੀ ਵੀ ਤਿਆਰ ਹੋ ਗਈ। ਕਰੋ ਇੰਜੋਏ। ਅਤੇ ਕਿਵੇਂ ਲੱਗੀ ਤੁਹਾਡੀ ਸਾਡੀ ਜਿਹੜੀ ਰੈਸਪੀ, ਤੁਹਾਨੂੰ ਕਿਵੇਂ ਲੱਗੀ ਹੈ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ। ਸੋ ਇਹ ਤੁਸੀਂ ਵੀ ਇੰਜੋਏ ਕਰਿਓ। ਇਹ ਚੋਕਲੇਟ ਸਿਰਪ ਦੇ ਨਾਲ ਮੈਂ ਉੱਪਰੋਂ ਵੀ ਡੈਕੋਰੇਟ ਕਰਤਾ ਥੋੜ੍ਹਾ ਜਿਹਾ।